ਸਸਿਕਾ ਅਸਲਾਮ ਨਮਸਤੇ ਦੋਸਤੋ ਇਹ ਮੈਂ ਥੋੜੀਆਂ ਆਪਣੇ ਪਿਕਚਰ ਪਾਈਆਂ ਨੇ ਜਿਹੜਾ ਅਸੀਂ ਵਾਸ਼ਿੰਗਟਨ ਡੀਸੀ ਆਏ ਹੀ ਕਿਉਂਕਿ ਉੱਥੇ ਉਹਨਾਂ ਨੇ ਵਿਸਾਖੀ ਦਾ ਸੈਲੀਬ੍ਰੇਟ ਕਰਨਾ ਹੈ ਇੱਕ ਸੰਡੇ ਤੇ ਅਸੀਂ ਸੋਚਿਆ ਕਿ ਕਿਉਂ ਨਹੀਂ ਮਤਲਬ ਕਿ ਜਾਇਆ ਜਾਏ ਐਕਚੁਅਲੀ ਸੰਡੇ ਨਹੀਂ ਸੈਚਰਡੇ ਕੀਤਾ ਹੈ ਤੇ ਹੀ ਫਰਡੇ ਨਿਕਲ ਗਿਆ ਹੀ ਉੱਥੇ ਮਤਲਬ ਕਿ ਹੋਟਲ ਦੀ ਪਹਿਲਾਂ ਹੀ ਬੁਕਿੰਗ ਕਰ ਲਈ ਸੀ ਕੈਪੀਟਲ ਕੈਪੀਟਲ ਹਿਲ ਟਨ ਮਨ ਕੇ ਮਨ ਕੇ ਸਿਰਫ 2 ਮਿੰਟ ਦੀ ਦੂਰੀ ਤੇ ਵਾਈਟ ਹਾਊਸ ਤੋਂ ਹੀ ਤਾਂ ਅਸੀਂ ਫ੍ਰਾਈਡੇ ਜਾ ਕੇ ਹੀ ਵਾਈਟ ਹਾਊਸ ਨੂੰ ਦੇਖਿਆ ਪਹਿਲਾਂ ਮਨ ਕੇ ਜੋ ਤੁਸੀਂ ਟੀਵੀ ਤੇ ਦੇਖਦੇ ਹੋ ਉਹ ਮਤਲਬ ਇੱਕ ਲੱਗ ਹੁੰਦੀ ਹੈ ਜੋ ਜਾ ਕੇ ਉੱਥੇ ਦੇਖਦੇ ਹੋ ਉਹ ਇੱਕਦਮ ਉਹਦੀ ਪਿਕਚਰ ਲੱਗ ਹੁੰਦੀ ਹੈ ਟੀਵੀ ਤੇ ਤੁਸੀਂ ਮਤਲਬ ਕਿ ਬਹੁਤ ਜ਼ਿਆਦਾ ਮਨ ਕੇ ਤੁਸੀਂ ਉਹ ਚੀਜ਼ ਨਹੀਂ ਵੇਖ ਸਕਦੇ ਜੋ ਤੁਸੀਂ ਆਪਣੀਆਂ ਅੱਖਾਂ ਆਪਣੀਆਂ ਵੇਖਦੀਆਂ ਨੇ ਕਿ ਜਾ ਕੇ ਉੱਥੇ ਕਿ ਉਹ ਕੀ ਚੀਜ਼ ਹੈਗੀ ਆ ਜਦ ਮੈਨੂੰ ਵੇਖਿਆ ਤਾਂ ਮੈਨੂੰ ਇਦਾਂ ਲੱਗਾ ਜਿਵੇਂ ਕੋਈ ਸਟੈਚੂ ਜਿਹਾ ਖੜਾ ਹੈਗਾ ਵਾਈਟ ਹਾਊਸ ਉੱਸਰਾ ਕਿਉਂਕਿ ਰਾਤ ਦਾ ਟਾਈਮ ਸੀ ਅਿਹਾਰ ਨੂੰ ਪਹੁੰਚੇ ਹੀ ਤੇ ਖਾਣਾ ਖਾ ਕੇ ਤਹੀਂ ਬਾਹਰ ਚਲੇ ਗਏ ਤੇ ਜਾ ਕੇ ਵੇਖਿਆ ਵਾਈਟ ਹਾਊਸ ਤੇ ਮੈਂ ਕਿਹਾ oh god ਆਈ ਵਾਈਟ ਹਾਊਸ ਮੈਂ ਤੇਨੂੰ ਕੋਈ ਸੋ ਸਮਝ ਨਹੀਂ ਰਹੀ ਤਾਂ ਓਕੇ ਹੀ ਮੇਰੇ ਲਈ ਮੈਂ ਤਾਂ ਠੀਕ ਆ ਹਨਾ ਤੇ ਜਿਵੇਂ ਮੈਂ ਟੀਵੀ ਤੇ ਵੇਖਦੀ ਹਾਂ ਉਹਦੀ ਮੈਂ ਕਿ ਕਲਪਨਾ ਲੱਗ ਕਰਦੀ ਹਾਂ ਪਰ ਅਹੀਂ ਖੂਬ ਫਨ ਕੀਤਾ ਮਤਲਬ ਕਿ ਬਾਬਾ ਜੀ ਦਾ ਮਤਲਬ ਕਿ ਉਹਨਾਂ ਦੇ ਮਗਰ ਵੀ ਗਏ ਹਾਂ ਬਾਬਾ ਜੀ ਦੇ ਨਾਲ ਵਾਕ ਕਰਕੇ ਪਿੱਛੇ ਤਾਂ ਉਹ ਵੀ ਇੱਕ ਵਧੀਆ ਸੀ ਬਹੁਤ سارے ਦੋਸਤ ਮਿਲੇ ਬਹੁਤ سارے ਦੋਸਤ ਬਣੇ ਨਵੇਂ 10 ਮਤਲਬ ਕਿ ਬਹੁਤ ਜ਼ਿਆਦਾ ਨਾਈਸ ਲੋਕ ਸੀ ਸਾਰੇ ਉੱਥੇ ਉਸ ਟਾਈਮ ਤੇ ਤਾਂ ਅਹੀਂ ਮਤਲਬ ਮੈਂ ਇੱਕ ਐਸਾ ਦਿਨ ਆਲਓ ਵਰ ਮੇਰਾ ਉਹ ਵਾਲਾ ਵੀਕਐਂਡ ਵਿਸਾਖੀ ਵਾਲਾ ਵੀਕਐਂਡ ਮਤਲਬ ਬਹੁਤ ਖੂਬਸੂਰਤ ਨਿਕਲਿਆ ਤੇ ਫਿਰ ਅਸੀਂ ਵਾਈਟ ਹਾਊਸ ਜਾ ਲੈ ਤੁਹਾਨੂੰ ਲੈ ਕੁਮੈਂ ਕਿਉਂਕਿ ਇਨਸਾਈਡ ਜਾਣ ਲਈ ਤੇ ਤੁਹਾਨੂੰ ਅਪਾਇੰਟਮੈਂਟ ਬਣਾਉਣੀ ਪੈਂਦੀ ਆ ਤੋ ਤੇ ਅਹੀਂ ਕੁਛ ਬਣਾਇ ਨਹੀਂ ਨਾ ਕੋਈ ਮੈਨੂੰ ਇੰਨਾ ਜ਼ਰੂਰਤੀ ਸਮੇਂ ਨਹੀਂ ਅੰਦਰ ਜਾਣ ਲਈ ਸਾਰਾ ਕੁਝ ਬਾਹਰੋਂ ਹੀ ਨਜ਼ਰ ਆ ਜਾਂਦਾ ਉਹਨਾਂ ਨੇ ਬਹੁਤ ਸੋਹਣੇ ਕਾਫੀ ਹੱਦ ਤੱਕ ਉਹ ਕਈ ਜਗ੍ਹਾ ਤੇ ਜਾਣ ਵੀ ਦਿੰਦੇ ਆ ਇੰਨੇ ਖੂਬਸੂਰਤ ਫਲਾਵਰ ਸੀ ਮੈਂ ਦੱਸਾਂ ਸਾਰੀ लाल पीले कई रंग आने और सबसे ज्यादा मुझे पसंद आए लाल रंग दे पूरा भरया हुआ ही सारे लोग आके पिक्चर्स लेंड है ही सारे विजिटर जो न्यू यॉर्क सिटी ਦੇ ਵਿੱਚ ਵਿਜ਼ਿਟ tour ਹੁੰਦੇ ਆ ਇਸੇ ਤਰ੍ਹਾਂ ਬਹੁਤ ਜ਼ਿਆਦਾ ਵਿਜ਼ਿਟਰ ਸੀ ਉੱਤੇ ਬਹੁਤ ਬਹੁਤ ਦੁਨੀਆਈ ਹੋਈ ਹੀ ਜਿਹੜੀ ਆਲੇ ਦੁਆਲੇ ਘੁੰਮ ਰਹੀ ਤੇ ਜੇ ਤੁਹਾਨੂੰ ਪਤਾ ਕਰਨਾ ਕਿ ਸਿਕ ਬ੍ਰੈਡ ਕਿੱਥੇ ਹੋ ਰਹੀ ਆ ਤੇ ਮਤੇ ਸਾਰੇ ਮਤੇ ਸਭ ਦੇ ਸਾਰੇ ਆਪੋ ਆਪਣੇ ਪ੍ਰੋਗਰਾਮ ਹੀ ਦੇਖਣਾ ਇਹ ਲਗ ਲਗ ਜਗਾ ਤੋਂ ਕਿ ਇਹ ਨਹੀਂ ਕਿ ਸਿਰਫ ਸੇ ਕੀ ਬਹੁਤ سارے ਲੋਕ ਡਿਫਰੈਂਟ ਡਿਫਰੈਂਟ ਤੇ ਉਹ ਆਪਣੇ ਇੰਜੋਏ ਕਰ ਰਹੇ ਹੀ ਫਿਰ ਅਸੀਂ ਸਿਪਰੇਟ ਤੇ ਗਏ ਉਹ ਅਟੈਂਡ ਕੀਤੀ ਤੇ ਉਸ ਦਿਨ ਰਾਤ ਫਿਰ ਅਸੀਂ ਸਟੇ ਕੀਤਾ ਉੱਥੇ ਹੀ ਹੋਟਲ ਦੇ ਵਿੱਚ ਤੇ ਨੈਕਸਟ ਡੇ ਇਹੀ ਵਾਪਸ ਆਏ ਇਹ ਮੇਰੀ ਜਰਨੀ ਬਹੁਤ ਬਿਊਟੀਫੁਲ ਰਹੀ ਕਿ ਉਹ ਜਗ੍ਹਾ ਹੀ ਬਚ ਗਿੰਟਨੀ ਸੀ ਇੱਕ ਤੇ ਬਹਤਰ ਬਹੁਤ ਜ਼ਿਆਦਾ ਬਿਊਟੀਫੁਲ ਉੱਪਰ ਆਕਾਸ਼ ਨੀਲਾ ਇਕਦਮ ਕਲੀਅਰ ਸੀ ਸਾਰਾ ਕੁਝ ਕਿਸਾ ਲੱਗਦਾ ਹੈ ਕਿ بارش ਹੋਣੀ ਹੈ 12 ਵਜੇ ਤਾਂ ਮੈਂ ਦੇ ਲ ਸੋਚੀ ਦੀਆਂ ਕਿ ਪ੍ਰੇਡ ਕਿਵੇਂ ਹੋਊਗਾ ਇਨੀ بارش ਵਿੱਚ ਮਤਲਬ ਕਿ ਉਹ ਮਜ਼ਾ ਨਹੀਂ ਰਹਿੰਦਾ ਕਿਰਕਰਾਉ ਜਾਂਦਾ ਮਜ਼ਾ ਤਾਂ ਪਰ ਇਸ ਦਾ ਕੁਝ ਨਹੀਂ ਹੋਇਆ ਕਿਉਂਕਿ ਵਾਹਿਗੁਰੂ ਖੁਦ ਮਤਲਬ ਕਿ ਮਤਲਬ ਕਿ ਉਹ ਨੰਨੂ ਲਾ ਕੇ ਜਾ ਰਿਹਾ ਸਾਰੇ ਜਣੇ ਤਾਂ بارش ਹੋ ਜਾਂਦੀ ਤੇ ਉਹ ਮਜ਼ਾ ਨਹੀਂ ਰਹਿਣਾ بارش ਬਿਲਕੁਲ ਨਹੀਂ ਹੋਈ ਬਿਲਕੁਲ ਕਲੀਅਰ ਸਕਾਈ ਡਿਨਰ ਕਰਨਗਾ ਕਿਉਂਕਿ ਫਰਾਈਡੇ ਨਾਈਟ ਹੀ ਹੋਟਲ ਚ ਆ ਲਿਆ ਹੀ ਵਾਟਰਫਰੰਟ ਤੇ ਰਾਤ ਸੀ ਬੋਰਚਾ ਰਹੀਆਂ ਹੀ ਬੋਰਚ ਦੇ ਵਿੱਚ ਹੀ ਰੈਸਟੋਰੈਂਟ ਬਣੇ ਹੋਏ ਹੀ ਅੰਦਰ ਬਾਹਰ ਪਰ ਅਹੀਂ ਤੇ ਬਾਹਰ ਫਾਇਰਪਲੇਸ ਤੇ ਬਾਰਬੀਕਿਊ ਸਪੈਨਿਸ਼ ਫੂਡ ਖਾ ਲਾ ਤੇ ਬਹੁਤ ਇੰਜੋਏ ਕੀਤਾ ਉਸ ਰਾਤ ਤਾ ਫੁਮ ਤੇ ਫਾਇਰ ਚੱਲ ਰਹੀ ਮੈਂ ਔਰ ਜਸਪਾਲ ਦੋਨੋਂ ਆਲੇ ਦੁਆਲੇ ਬੈਠੇ ਹਾਂ ਤੇ ਵੀਡੀਓ ਬਣਾਈਆਂ ਤੇ ਖੂਬ ਮਜ਼ਾ ਕੀਤਾ ਸੋ ਬਹੁਤ ਜ਼ਿਆਦਾ ਬਿਊਟੀਫੁੱਲ ਹੀ ਫਲਾਵਰ ਦੇ ਆਲੇ ਦੁਆਲੇ ਤੇ ਅਣਗਿੰਦ ਪਿਕਚਰਾਂ ਲਈਆਂ ਅਸੀਂ ਦੋਨਾਂ ਨੇ ਆਪਸੇ ਆਪਣੀਆਂ ਵਾਈਟ ਹਾਊਸ ਦੇ ਸਾਹਮਣੇ ਲਈਆਂ ਅਸੀਂ ਪਿਕਚਰਸ ਤਾਂ ਆਲੋ ਵਰਮਟ ਕੇ ਕਿਹ ਕੈਸਾ ਦਿਏ ਕਿ ਸਾਡੀ ਯਾਤਰਾ ਵੀ ਆ ਤੇ ਪਲਾਸ ਫਨਮੀ ਸੀ ਤੇ ਬਹੁਤ ਜਿਆਦਾ ਵਧੀਆ ਰਿਹਾ ਮਨ ਤਕ ਹੈ ਕੋਈ ਕਮੀ ਨਹੀਂ ਹੈਗੀ ਇਸ ਮੇਰੇ ਟੂਰ ਦੇ ਵਿੱਚ ਬਿਲਕੁਲ ਹੀ ਮਨ ਤਕ ਇੰਨਾ ਜਿਆਦਾ ਇੰਜੋਏ ਕੀਤਾ ਕਿ ਜਿਵੇਂ 100% 100% ਹੀ ਬੈਕ ਮਿਲਿਆ ਕਿ ਜਿੰਨੀ ਖੁਸ਼ੀ ਦੇ ਨਾਲ ਗਏ ਹਾਂ ਉਨੀ ਖੁਸ਼ੀ ਦੇ ਨਾਲ ਉੱਥੇ ਜਾ ਕੇ ਸਪੈਂਡ ਕੀਤਾ ਹੀ ਟਾਈਮ ਤਾਂ ਹਾਂ ਮੈਨੂੰ ਸਭ ਤੋਂ ਵਧੀਆ ਖਾਣੇ ਦਾ ਵੀ ਲੱਗਾ ਹੀ ਤੇ परेड बहुत वाइट लगी मैनू तो दूसरा मैं जो अही रात में डे डिनर किया दैट्स ब्यूटीफुल मतलब कई जगह योजना होंगे ने जिते तीस तो एक बार जा होंगे हो तो बाद दूसरी बार उस जगह में शक्ल देखने जी नहीं करता बहुत सारी मेरी जिंदगी यहोजी जगह और घर है ब मैं एक बार चलेगी उसम नू 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 नैब पर यह बिन्तन डीसी इस तरह की जगह हैगी ਮੈਂ ਦੁਬਾਰਾ ਦੁਬਾਰਾ ਇੱਕ ਜਗ੍ਹਾ ਤੇ ਜਾ ਸਕਦੀ ਹੈਗੀ ਆ ਕਿ ਕੋਈ ਜੀ ਤਾਂ ਦੇ ਦਿਲ ਨੂੰ ਲੱਗਦੀ ਆ ਪਸੰਦ ਆਉਂਦੀ ਆ ਜਿੱਥੇ ਤੁਹਾਨੂੰ ਖੁਸ਼ੀ ਦੇ ਮੂਮੈਂਟ ਅਹਿਸਾਸ ਕਰਾਉਂਦੇ ਨੇ ਕਿ ਇਹ ਤੂੰ ਚੱਲ ਕੇ ਆਈਆਂ ਤੇ ਤੇਰੇ ਹਸਾਸ ਤੇ ਵਿੱਚ ਅਹੀਂ ਕੋਈ ਕਮੀ ਨਹੀਂ ਰਹਿ ਐਸਾ ਲੱਗਾ ਕਿ ਜਿਵੇਂ ਮਸ਼ਗਿੰਟਨ ਦੀ ਸੀ ਨੇ ਖੁਦ ਸਾਡੀ ਆਉ ਭਗਤ ਕੀਤੀ ਹੋਵੇ ਲੋਕ ਵੀ ਤਕਰੀਬਨ ਬਹੁਤ ਨਾਈਸ ਸੀ ਮਤਲਬ ਜਿਵੇਂ ਉਹਨੇ ਖੁਦ ਉਹਨੇ ਕੀਤਾ ਵੇ ਤੇ ਜਿਸ احساس ਨਾਲ ਬੰਦਾ ਜਾਵੇ ਉਹੀ احساس ਤਨ ਨੂੰ ਮਿਲੇ ਵਾਪਸ ਤੇ ਫਿਰ ਕੋਈ ਕਮੀ ਨਹੀਂ ਰਹਿੰਦੀ ਹਨਾ ਇਹ ਕਰਕੇ ਇਹ ਬਹੁਤ ਜ਼ਰੂਰੀ ਹੈ ਮੇਰਾ ਟੂਰ ਜਾਂ ਥੋੜੇ ਬਹੁਤੇ ਮੂਮੈਂਟ ਜਿਹੜੇ ਮੈਂ ਸ਼ੇਅਰ ਕਰਾ ਸਦੀ ਹੀ ਪਿਕਚਰਸ ਲਈਆਂ ਨੇ ਤੇ ਉਸ ਦਾ ਧਿਆਨ ਗਿੰਦੀ ਮੂਮੈਂਟਸ ਹਨ ਹਥੇ ਮਤਲਬ ਕਿ ਬਿਆਨ ਕਰਨੇ ਵੀ ਮਤਲਬ ਕਿ ਪਰਾਨੇ इस चीज़ तो कि मैं ऑलओवर सारे जाना चाहिए उड़ा भी कोई जा सके तो देखे देख और टीवी के दे उत्ते देखने वाला थोड़ा डिफरेंट लगता है तो जो अही पहुँचे हाँ तो अंदर वड़द्या ही मतलब बाय कार गए हाँ खुद ड्राइव करके अंदर वड़द्या ही पता लग गया ही के के कोई सोहनी जगह हैगी ਤਾ ਪਹਿਲੇ ਮੈਂ ਸੁਣਿਆ ਬਹੁਤ ਸੀ ਉਹਦੇ ਬਾਰੇ 스ਨੋ ਪਈ ਆ ਜੋ ਵੈਦਰ ਹੁੰਦਾ ਵਾ ਇੰਨਾ ਨਹੀਂ ਕਈ ਲੋਕ ਨਹੀਂ ਲਾਈਕ ਕਰਦੇ ਖੈਰ ਮੈਂ ਤੇ ਲਾਈਕ ਕਰਦੀ ਆ ਕਿ 스ਨੋ ਵੀ ਪਰ ਵੈਦਰ ਠੀਕ ਸੀ ਬਹੁਤ ਫਰਸਟ ਕਲਾਸ ਸੀ ਤਾ ਅਪ੍ਰੈਲ ਦਾ ਮਹੀਨਾ ਸੀ 2021 ਤੇ 9th ਅਪ੍ਰੈਲ ਨੂੰ ਪਰੇਡ ਆਈ ਸੀ ਤੇ ਇਸਕਾ ਕੇ ਬਹੁਤ ਮਤ ਹੈ ਕਿ ਇੱਕ ਹਫਤੇ ਨਾਪੋਲ ਵਾਲੇ ਮੋਮੈਂਟ ਸੀ ਜਿਹੜੇ ਮੈਂ ਉਥੇ ਸਪੈਂਡ ਕੀਤੇ ਹੋਟਲ ਦੇ ਵਿੱਚ ਪ੍ਰੀਟ ਦੇ ਵਿੱਚ ਪ੍ਰੀਟ ਵਿੱਚ ਜਿਹੜੇ ਮੋਮੈਂਟਸ ਸਪੈਂਡ ਹੋਏ ਜਿਹੜੇ ਪਿਆਰ ਕਰਨ ਵਾਲੇ ਮਿਲੇ ਉਹ ਵੀ ਅਨਫੋਰਗੇਟੇਬਲ ਮੋਮੈਂਟ ਆ ਜਿਹੜੇ ਮੈਂ ਹੋਟਲ 'ਚ ਸਪੈਂਡ ਕੀਤੇ ਉਹ ਵੀ ਜਿਹੜਾ ਮੈਂ ਡਿਨਰ ਕਰਨ ਗਈ ਉਹ ਵੀ ਹਰ ਚੀਜ਼ ਹਰ ਚੀਜ਼ ਸੱਚ ਮਤਲਬ ਕਿ ਮੇਰੇ ਹਾਰਟ ਨੂੰ ਟੱਚ ਕੀਤੀ ਤੇ ਆਈ ਹੋਪ ਕਿ ਮੈਂ ਦੁਬਾਰਾ ਫੇਰ ਕਦੀ ਮੈਨੂੰ ਮੌਕਾ ਮਿਲਿਆ ਜ਼ਿੰਦਗੀ ਰਹੀ ਤਾਂ ਮੈਂ ਜ਼ਰੂਰ ਜਾਉਂਗੀ ਤੇ ਤੁਹਾਨੂੰ ਪਸੰਦ ਆਉਣ ਗਿਆ ਮੈਂ ਯਾਹੇ ਪਿਕਚਰਸ ਜਿੰਨੀਆਂ ਅੱਜ ਮੈਂ ਪਾ ਸਕੀ ਹੈ ਗਿਆ ਤੇ ਮੈਂ ਸ਼ੇਅਰ ਕੀਤੀ ਹੈ ਗਿਆ ਤੁਹਾਡੇ ਨਾਲ ਥੈਂਕ ਯੂ ਦੋਸਤੋ ਜੇ ਤੁਹਾਨੂੰ ਮੇਰੇ ਵੀਡੀਓ ਚੰਗੇ ਲੱਦੇ ਆ ਸਬਸਕ੍ਰਾਈਬ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਸਿਰਫ